असी 45,800 रुपया ले रहे थे पर सरकार कहती तुम रैगूलर हो जाओ तुम 15,000 से रैगूलर कर देने। तो देखो तुम महंगाई के इस जमाने के 15,000 से गुजारा करना बहुत औखा हैगा। तो कल साडा मनवर पटियाले चल रहा है, कल सरकार के जन्म सिक्ख्या मंत्री ने साढ़े 5 आगू मुअत्तल करते पर वो सरकार इस भुलेखे च ना रहेगी, अध्यापक पिछे हटणगे। असी 42,800 रुपया लेके लेना ही लेना है भावें सानू सड़कों के साडे परिवार समेत क्यों ना आना पवे। ये संघर्ष उदों तक जाए अज का संघर्ष, ये संघर्ष असी आखिरी पड़ाव तक लेके जाओगे जदों तक असी रैगूलर नहीं हो जाते। हरजीत सिंह जीता, भरत कुमार, हरजीत रखड़ा, इन्हों कल शाम को सस्पेंड किया गया और ये शायद डराना चाहती सी कि सस्पेंड करके ये डर जाएंगे। अज साडे साथियों ने एक चुनौती कबूल करते हुए ये ऐलान किया है कि 5 नालों नहीं पूरे 8,881 जड़े बचते हैं वो सस्पेंड होंगे। असं ये बेनती करते हैं सारे साथियों जड़े जड़े साथी इतने उससे साइन करने रह गए उससे साइन कर दो ताकि असी सरकार के नुमाइंदे ये दिखा सके सकीए कि जो सस्पेंशन जड़िया असी देने तैयार है। ये सस्पेंशन दर्चिया चाहवे असी टच जानते हाँ तेरी सस्पेंशन साढ़े लिए मैडल है, असी एक बारी सस्पेंड नहीं होवे तेरी माड़ी नीतियों के खिलाफ वारी वारी सस्पेंड होवे वारी वारी तेरे खिलाफ बोलेंगे वारी वारी तेरे चूणा के कुंभ टप्पांगे तेरी एक एक कील तेरी जगह के बैठ के ठोकांगे। ते जे तेन भलेखा है सरकार आ जा साडे सामने सरकार के किसी स्टेज पर आके साडे नाल डिबेट कर, कित्थे तुसी लुके फिरदे हो। 94% का गलत अंकड़ा पेश करके साडे पूरे अध्यापक समाज या जे तू चाहुंदा है भी धोखा कर लांगे इस गलत वहमी के विच नहीं रहांगे। ਸਾਡੀ ਰੋਜੀ ਰੋਟੀ ਚ ਕੋਈ ਜੇਕਰ ਪਾਉਣ ਦੀ ਕੋਸ਼ਿਸ਼ ਕਰੇਗਾ ਤਾਂ ਅਸੀਂ ਉਹਨੂੰ ਵੀ ਜੀਣ ਦਾ ਹੱਕ ਨਹੀਂ ਦੇਵਾਂਗੇ। ਬਸ ਇਹੀ ਮੈਂ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਸਰਕਾਰ ਜਲਦੀ ਜਲਦੀ ਸਾਡੀਆਂ ਮੰਗਾਂ ਨੂੰ ਪ੍ਰਵਾਨ ਕਰੇ, ਪੂਰੇ ਪੱਤੇ ਸਮੇਤ ਤਨਖਾਹ ਨੂੰ ਪੂਰੀਆਂ ਜਿਹੜੀਆਂ ਸਾਡੇ ਤਨਖਾਹ ਵੀ ਰੈਗੂਲਰ ਕਰੇ ਤਾਂ ਹੀ ਅਸੀਂ ਕੀ ਹੈ ਚੈਨ ਦਾ ਸਾਹ ਲੈ ਕੇ ਬੈਠਾਂਗੇ। ਅਦਰਵਾਈਜ਼ ਅਸੀਂ ਕੀ ਹੈ ਹਰ ਜਿਹੜਾ ਚੈਲੰਜ ਹੈਗਾ ਸਰਕਾਰ ਦਾ ਉਹਨੂੰ ਅਸੈਪਟ ਕਰਦੇ ਹਾਂ ਅਤੇ ਮਰਨ ਤੱਕ ਵੀ ਅਸੀਂ ਤਿਆਰ ਹੈ, ਪਰਿਵਾਰਾਂ ਸਮੇਤ ਅਸੀਂ ਜਿਹੜੇ ਹੈਗੇ ਅਸੀਂ ਉਤਰਾਂਗੇ ਅੱਗੇ ਮੈਦਾਨ ਦੇ ਵਿੱਚ ਅਤੇ ਜਗ੍ਹਾ ਜਗ੍ਹਾ 'ਤੇ ਪਿੰਡ ਪਿੰਡ 'ਤੇ ਕੋਨੇ ਕੋਨੇ ਵਿੱਚ ਅਸੀਂ ਪੰਡੀ ਕਰਾਂਗੇ ਸਰਕਾਰ ਦੀ। ਸਾਡੇ ਜਿਹੜੇ 5 ਸਾਥੀਆਂ ਦੀ ਕੀ ਹੈ ਸਸਪੈਂਸ਼ਨ ਆਰਡਰ ਦਿੱਤੇ ਗਏ ਆ ਤਾਂ ਜਿਵੇਂ ਮੇਰੇ ਸਾਥੀ ਨੂੰ ਦੱਸਿਆ ਗਿਆ ਕਿ ਇਹ ਸਸਪੈਂਸ਼ਨ ਆਰਡਰ ਨੇ ਸਾਡੇ ਲਈ ਮੈਡਲ ਹੈਗੇ ਨੇ, ਇਹਨੇ ਸਾਡੇ ਹੌਸਲੇ ਹੋਰ ਬੁਲੰਦ ਕੀਤੇ ਨੇ ਤਾਂ ਅਸੀਂ ਆਉਣ ਵਾਲੇ ਸਮੇਂ ਵਿੱਚ ਕੀ ਹੈ ਅਸੀਂ ਸਾਰੇ ਹੀ ਤਿਆਰ ਹੈਗੇ ਹਾਂ। ਸਾਡੇ ਸਾਰੇ ਜਿਹੜੇ ਹੈਗੇ 88,86 ਅਧਿਆਪਕ ਉਹ ਸਸਪੈਂਸ਼ਨ ਲਈ ਤਿਆਰ ਹੈਗੇ ਨੇ, ਸਾਡੇ ਜਿਹੜੇ ਰੈਗੂਲਰ ਅਧਿਆਪਕ ਹੈਗੇ ਨੇ ਉਹ ਸਸਪੈਂਸ਼ਨ ਲਈ ਤਿਆਰ ਹੈਗੇ ਨੇ ਤਾਂ ਨਾ ਮੂੰਹ ਤੋੜ ਕੇ ਅਸੀਂ ਜਵਾਬ ਦੇਵਾਂਗੇ ਸਰਕਾਰ ਨੂੰ ਅਸੀਂ ਤਾਂ ਇਹ ਸਰਕਾਰ ਨੂੰ ਕੀ ਹੈ ਇਹ ਫੈਸਲੇ ਵਾਪਸ ਲੈਣੇ ਪੈਣਗੇ। ਸਾਡੇ ਜਿਹੜੇ ਹੈਗੇ ਆ ਹੱਕੀ ਮੰਗਾਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਪ੍ਰਵਾਨ ਕਰਨਾ ਪਏਗਾ ਅਤੇ ਜੇ ਨਹੀਂ ਪ੍ਰਵਾਨ ਕਰਨਗੇ ਤਾਂ ਨਤੀਜੇ ਭੁਗਤਣ ਲਈ 2019 ਦੇ ਵਿੱਚ ਤਿਆਰ ਰਹਿਣਾ ਸੀ। ਹਾਂਜੀ, ਅਤੇ ਇਹਦੇ ਨਾਲ ਹੀ ਕੀ ਹੈ ਸਾਡੇ ਬਹੁਤ 5-11 ਸਾਥੀ ਜਿਹੜੇ ਹੈਗੇ ਨੇ ਉਹ ਮਰਨ ਮਰਤੇ ਬੈਠੇ ਨੇ, ਮਰਨਾ ਜਿਹੜਾ ਮਰਨ ਮਰਤੇ ਬੈਠਣਾ ਕੋਈ ਸੌਖੀ ਗੱਲ ਨਹੀਂ ਹੈਗੀ ਤਾਂ ਜੇ ਇਹ ਸਸਪੈਂਸ਼ਨ ਧਮਕੀਆਂ ਦੇ ਕੇ ਸਾਨੂੰ ਡਰਾਉਣਾ ਚਾਹੁੰਦੇ ਆ ਤਾਂ ਯਾਦ ਕਰਨ ਜਿਹੜੇ 11 ਬੰਦੇ ਮਰਨ ਲਈ ਤਿਆਰ ਹੈਗੇ ਤਾਂ ਉਹਨਾਂ ਅੱਗੇ ਸਸਪੈਂਸ਼ਨ ਕੀ ਚੀਜ਼ ਹੈਗੀ ਹੈ ਤਾਂ ਅਸੀਂ ਇਹ ਸਰਕਾਰ ਦਾ ਚੈਲੰਜ ਜਿਹੜਾ ਹੈਗਾ ਅਸੈਪਟ ਕਰਦੇ ਹਾਂ ਔਰ ਆਪਣੇ ਆਪ ਨੂੰ ਅਸੀਂ ਵੀ ਕੀ ਹੈ ਸਸਪੈਂਸ਼ਨ ਲਈ ਅਸੀਂ ਤਿਆਰ ਹੈਗੇ ਹਾਂ। ਹਰੇਕ ਚੁਣੌਤੀ ਨੂੰ ਸਵੀਕਾਰ ਕਰਦੇ ਸਰਕਾਰ ਦੀ ਔਰ ਡਟ ਕੇ ਮੁਕਾਬਲਾ ਕਰਾਂਗੇ। ਹਾਂਜੀ।